ਇਹ ਸਾਡੀ ਹਰ ਵੀਡੀਓ ਜਿਹੜੀ ਮਾਲੂਮਾਤੀ ਵੀਡੀਓ ਹੁੰਦੀ ਹੈ ਤੁਹਾਨੂੰ ਅੱਜ ਦਿਖਾਉਂਦੇ ਪਏ ਚਾਵਲ ਦੀ ਫਸਲ ਸਾਡਾ ਇੱਕ ਬਿਰਾ ਮਜਬੂਰੀ ਹੈ ਸਾਡੋ ਮਤਲਬ ਜਿਹੜਾ ਦੇ ਸਿਲਾਬ ਹੈ ਨਹਿਰ ਟੁੱਟੀ ਪਈ ਹੈ ਟੁੱਟੀ ਹੈ ਅਤੇ ਹਰ ਜਗ੍ਹਾ 'ਤੇ ਟੁਕੜੇ ਟੁਕੜੇ ਥੈ ਪਈ ਹੈ ਅਤੇ ਇਸ ਵਜ੍ਹਾ ਕੋਲ ਸਾਡੋ ਜਿਹੜੇ ਚਾਵਲ ਹਨ ਉਹਨਾਂ ਦੇ ਹਾਲਾਤ ਹਨ ਤੁਹਾਨੂੰ ਅੱਜ ਚਾਵਲ ਦੀ ਫਸਲ ਦਿਖਾਉਂਦੇ ਪਏ ਸਾਡੋ ਜਿਤਨੇ ਵੀ ਕਨਾਤ ਮਤਲਬ ਜ਼ਿਆਦਾਤਰ ਚਾਵਲ ਲੋਕਾਂ ਕਾਸ਼ ਕੀਤੇ ਨੇ ਬਿਲਕੁਲ ਨਹੀਂ ਬੱਚੀ ਫਸਲ ਬਿਲਕੁਲ ਸੁੱਕ ਸੜ ਗਈ ਹੈ ਤਾਂ ਉਹਨਾਂ ਦਾ ਬਿਲਕੁਲ ਪਾਣੀ ਦਾ ਕੋਈ ਵਸੈਲ ਕੋ ਨਹੀਂ ਕਿਉਂਕਿ ਸਾਡੋ ਜ਼ਿਆਦਾਤਰ ਬੋਰਿੰਗ ਅਤੇ ਪੇਟਰ ਨਹੀਂ ਆਉਂਦਾ ਕਿਉਂਕਿ ਅੱਜ ਕੱਲ੍ਹ ਖਰਚਾ ਵੀ ਜ਼ਿਆਦਾ ਆਉਂਦਾ ਅਤੇ ਸਾਡੋ ਕਦਾਂ ਪਾਣੀ ਦੀ ਕਿੱਲਤ ਥਈ ਜੋ ਨਹੀਂ ਇਹ ਵਜ੍ਹਾ ਕੋਲ ਲੋਕਾਂ ਕਾਫੀ ਕਿਸਮ ਦੀ ਕੋਈ ਬੋਰਿੰਗ ਵਗੈਰਾ ਨਹੀਂ ਲੈ ਅਤੇ ਸਾਡੋ ਜਿਹੜੀਆਂ ਫਸਲਾਂ ਹਨ ਗਰੀਬ ਕਿਸਾਨ ਜਿਹੜੇ ਹਨ ਉਹਨਾਂ ਦੀ ਬਿਲਕੁਲ ਹੁਣ ਵੱਡਾ ਨੁਕਸਾਨ ਵੱਡਾ ਨੁਕਸਾਨ ਥੀ ਹੈ ਤੁਸੀਂ ਸਾਡੇ ਵਾਸਤੇ ਦੁਆ ਕਰੋ ਕਿ ਹੁਣ ਗੰਦਮ ਦੀ ਫਸਲ ਕਾਸ਼ ਥੀ ਵਜੇ ਗੰਦਮ ਦੀ ਫਸਲ ਕਿਉਂਕਿ ਕਾਸ਼ਤ ਨਾ ਥਈ ਤਾਂ ਸਾਡੋ ਬਹੁਤ ਜ਼ਿਆਦਾ ਨੁਕਸਾਨ ਥੀ ਸੀ ਸਾਡੇ ਪੂਰੇ ਮਤਲਬ ਡੇਰਾ ਇਸਮਾਇਲ ਖਾਨ ਜ਼ਿਲ੍ਹਾ ਹੇਕ ਉੱਥੇ ਬਿਲਕੁਲ ਨਹਿਰ ਤਰੁੱਟੀ ਪਈ ਹੈ ਤਾਂ ਅਸਾਂ ਇਹ ਵੀਡੀਓ ਇਸ ਵਜ੍ਹਾ ਕੋਲ ਬਣਾਈ ਹੈ ਕਿ ਤੁਹਾਡੇ ਲੋਕਾਂ ਕੋਲ ਦਿਖਾਉਂ ਚਾ ਕਿ ਸਾਡੇ ਚਾਵਲ ਦੀ ਫਸਲ ਕਿਤਨੀ ਖਤਮ ਥੀ ਗਈ ਹੈ ਬਿਲਕੁਲ ਤਕਰੀਬਨ ਜ਼ਮੀਨ ਜਿਹੜੀ ਹੈ ਬਹੁਤ ਜ਼ਿਆਦਾ ਖੁਸ਼ਕ ਥੀ ਗਈ ਹੈ ਅਤੇ ਤਕਰੀਬਨ 2 ਮਹੀਨੇ ਥੀ ਗਏ ਤਰੇ ਬਾਰਿਸ਼ ਵੀ ਵਾਲਾ ਨਹੀਂ ਹੈ ਸਾਡੋ ਤਾਂ ਧੂੜ ਮਿੱਟੀ ਬਹੁਤ ਜ਼ਿਆਦਾ ਹੈ ਅਤੇ ਜ਼ਮੀਨਾਂ ਜਿਹੜੀਆਂ ਇਤਨੀਆਂ ਜ਼ਿਆਦਾ ਖੁਸ਼ਕ ਥੀ ਗਈਆਂ ਕਿ ਉਹਨਾਂ ਦਾ ਕੋਈ ਇੰਤਹਾ ਕੋਨੀ ਤਾਂ ਸਾਡੀ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਸਾਡੇ ਵਾਸਤੇ ਦੁਆ ਕਰੋ ਕਿ ਸਾਡਾ ਵੀ ਫਾਇਦਾ ਥੀ ਵੇ ਸਾਰੀ ਗੰਦਮ ਕਾਸ਼ ਥੀ ਵਣੇ ਚਲੋ ਇਹ ਫਸਲ ਤਾਂ ਹੈ ਜਿਹੜੀ ਇਹ ਹੱਥ 'ਚੋਂ ਲੱਗੀ ਗਈ ਹੈ ਤਾਂ ਇਸਦਾ ਜਿਹੜਾ ਨੁਕਸਾਨ ਥੀ ਵਣਾ ਉਹ ਤਾਂ ਬਰਦਾਸ਼ਤ ਕਰ ਗਿਆ ਗਰੀਬ ਕਿਸਾਨਾਂ ਚਾਵਲ ਦੀ ਫਸਲ ਵਾਸਤੇ ਤਾਂ ਗੰਦਮ ਕਾਸ਼ ਥੀ ਵਣੇ ਕਿਉਂਕਿ ਜਿਹੜੇ ਕਮਾਦ ਹੈ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਥੀਂਦਾ ਪਈ ਹੈ ਜੇ ਨਮਜੇ ਨਹੀਂ ਅਤੇ ਚਾਵਲ ਦੀ ਫਸਲ ਜਿਹੜੀ ਮਜਬੂਰ ਹਨ ਲੋਕ ਹੁਣ ਖਤਮ ਕਰਨ 'ਤੇ ਤਿਆਰ ਥੀ ਗਏ ਅਤੇ ਕਾਫੀ ਲੋਕ ਜਿਹੜੇ ਖਤਮ ਵੀ ਕਰਦੇ ਪਏ ਨੇ ਤਾਂ ਅਸਾਂ ਇਸ ਵਜ੍ਹਾ ਤੋਂ ਅਸਾਂ ਤੁਹਾਨੂੰ ਆਖਿਆ ਵੀ ਅੱਜ ਦੇ ਨਾਜ਼ਰੀਨ ਜਿਤਨੇ ਵੀ ਸਾਰੇ ਵੀਡੀਓ ਦੇਖਦੇ ਪੈਣ ਵਿਊਅਰ ਹਨ ਉਹਨਾਂ ਕੋਲ ਦਿਖਾਉਂ ਚਾਹ ਕੇ ਸਾਰੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਥੀ ਹੈ ਤੁਸੀਂ ਸਾਡੇ ਵਾਸਤੇ ਦੁਆ ਕਰੋ ਕਿ ਮਜ਼ੀਦ ਜਿਹੜਾ ਹੁਣ ਅੱਗੂ ਦਾ ਆਉਣ ਵਾਲਾ ਵਕਤ ਹੈ ਮਤਲਬ ਨਹਿਰ ਹੀ ਪਾਣੀ ਜੇ ਰਹੇ ਲੱਗ ਵਜੇ ਨਹਿਰ ਸਾਡੇ ਸੈੱਟ ਥੀ ਵਜੇ ਤਾਂ ਅਸੀਂ ਵੀ ਦੁਆ ਕਰਨ ਦੇ ਵਧੀਆ ਅੱਲਾਹ ਦੇ ਹੁਕਮ ਨਾਲ ਮਿਲ ਸਕੇ ਇੱਕ ਅਗਲੀ ਵੀਡੀਓ ਨਾਲ ਅੱਲਾਹ ਹਾਫਿਜ਼।